ਦੋਸਤੋ ਮੈਂ ਤੁਹਾਡਾ ਜਗਰੂਪ ਸਿੰਘ ਤੁਸੀਂ ਦੇਖ ਰਹੇ ਹੋ ਮੈਜਿੰਗ ਟੀਵੀ ਚੈਨਲ ਅੱਜ ਅਸੀਂ ਪਿੰਡਾਂ ਦੇ ਵਿੱਚ ਪਹੁੰਚੇ ਆ ਪਿੰਡਾਂ ਦੇ ਵਿੱਚ ਦੇਖਿਆ ਗਿਆ ਵਾ ਸ਼ੁਰੂ ਤੋਂ ਹੀ ਖਰਾਕਾਂ ਦੇ ਕਰਕੇ ਪਿੰਡ ਮਸ਼ਹੂਰ ਹੁੰਦੇ ਨੇ ਜੱਜਵਿਆਂ ਦੇ ਕਰਕੇ ਕਬੱਡੀ ਦੇ ਕਰਕੇ ਘੋਲਾਂ ਦੇ ਕਰਕੇ ਅੱਜ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਈਆਂ ਜਾਣ ਅੱਜ ਅਸੀਂ ਪਿੰਡ ਜਾਂਗਪੁਰ ਦੇ ਵਿੱਚ ਪਹੁੰਚੇ ਆ ਨੇੜੇ ਮੁੱਲਾਪੁਰ ਜਿੱਥੇ ਕਿ ਛੋਟੇ-ਛੋਟੇ ਬੱਚੇ ਜਿਹੜੇ ਕੁਸ਼ਤੀ ਦੇ ਘੋਲ ਕਰਦੇ ਨੇ ਇੱਥੇ ਰੋਜ਼ ਸ਼ਾਮ ਨੂੰ 5 ਤੋਂ 7 ਵਜੇ ਕਾਫੀ ਗਿਣਤੀ ਦੇ ਵਿੱਚ ਬੱਚੇ ਆਉਂਦੇ ਨੇ ਅਤੇ ਨਾਲ ਦੀ ਨਾਲ ਕੁਸ਼ਤੀਆਂ ਕਰਦੇ ਨੇ ਇਹਨਾਂ ਦੇ ਜਿਹੜੇ ਕੋਚ ਨੇ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਂਦਾ ਵਾ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਇਹਨਾਂ ਨੂੰ ਖੇਡਾਂ ਦੇ ਕੰਨੀ ਪ੍ਰੇਰਿਤ ਕੀਤਾ ਜਾਂਦਾ ਵਾ ਇਹਨਾਂ ਨੂੰ ਖੇਡਾਂ ਦੇ ਬੰਨੀ ਲਾਇਆ ਜਾਂਦਾ ਵਾ ਅੱਜ ਅਸੀਂ ਇੱਥੇ ਜਿਹੜੇ ਮੋਤਵਾਰ ਆਏ ਨੇ ਪਿੰਡ ਦੇ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਜਿਹੜਾ ਖਾੜਾ ਵਾ ਇਹ ਕਦੋਂ ਤੋਂ ਚੱਲ ਰਿਹਾ ਵਾ ਕਦੋਂ ਤੋਂ ਇੱਥੇ ਬੱਚੇ ਨੇ ਜਿਹੜੇ ਉਹ ਲਗਾਤਾਰ ਇੱਥੇ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਆ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹ ਵਧੀਆ ਆਬਰਾ ਪ੍ਰਭਖ ਦੇ ਵਿੱਚ ਵਧੀਆ ਪ੍ਰਾਪਤੀਆਂ ਕਰ ਸਕਣ ਅਤੇ ਇੱਕ ਤੁਹਾਨੂੰ ਹੋਰ ਵੀ ਗੱਲ ਦੱਸੀ ਜਾਂਦੀ ਆ ਇੱਥੋਂ ਕਈ ਬੱਚੇ ਵੱਡੇ ਲੈਵਲ ਦੇ ਪੰਜਾਬ ਦੇ ਲੈਵਲ ਤੱਕ ਖੇਡਣ ਦੇ ਵਿੱਚ ਵੀ ਗਏ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਪਹਿਲਾਂ ਮੇਰਾ ਨਾਮ ਹੈ ਪਵਨ ਮੈਂ ਪਵਨ ਕੂਚਾ ਹੀ ਮਲਾਪੁਰ ਨੂੰ ਠੀਕ ਹੈ ਜੀ ਤੇ ਅਸੀਂ ਬੱਚੇ ਨੂੰ ਇੱਥੇ ਕੁਸ਼ਤੀ ਸਿਖਾਉਂਦੇ ਆ ਸਾਡੇ ਬੱਚੇ ਪੰਜਾਬ ਲੈਵਲ ਦੇ ਖੇਲੋ ਇੰਡੀਆ ਜਿਵੇਂ ਸਿਲੈਕਟ ਹੋਏ ਉਹਨਾਂ ਦੇ ਬੱਚਿਆਂ ਦੇ ਮੈਡਲ ਆ ਮੇਰੇ ਕੋਲ ਕਿ ਤਿੰਨ ਕੁਰਸੀਆਂ ਨੇ ਕੁਰਸੀਆਂ ਇੱਕ ਗੁਰਚਾਰਨਾ ਵਾ ਰਜੀਆਵਾ 나ਜੀਆ ਉਹਨਾਂ ਤਿੰਨਾਂ ਦੇ ਪੰਜਾਬ 'ਚ ਮੈਡਲ ਨੇ ਇੱਕ ਹਰਮਨਜੀਤ ਗੱਲਾ ਮੁੱਲਾ ਪਰਬੰਡ ਤੋਂ ਹੁਣ ਇਸ ਟਾਈਮ ਖੰਨੇ ਖੜ ਦੇ ਜ਼ੋਰ ਕਰਦਾ ਉਹ ਨੈਸ਼ਨਲ ਲੈਵਲ 'ਤੇ ਖੇਡ ਰਿਹਾ 74 ਕਿਲੋ ਦੀ ਤਿਆਰੀ ਕਰ ਰਿਹਾ ਵਾ ਠੀਕ ਹੈ ਉਹਨੂੰ ਮੈਚ ਤਿਆਰ ਕੀਤਾ ਤੇ ਹੁਣ ਉਹ ਖੰਨੇਗਾ ਤੇ ਹੁਣ ਇਹ ਛੋਟੇ ਬੱਚੇ ਸੀ ਤਿਆਰ ਕਰਾ ਜਿਹੜੇ ਦੋਨੇ ਬੱਚੇ ਲੜ ਰਿਹਾ ਇਹ ਇਹ ਦੋਨਾਂ ਦੇ ਪੰਜਾਬ ਦੇ ਵਿੱਚ ਕਿਸੇ ਦਾ ਦੂਜਾ ਮੈਡਲ ਹੈ ਜੀ ਮੈਂ ਤੀਜਾ ਮੈਡਲ ਹੈ ਬੱਚੇ ਇਹਦੀ ਤਿਆਰੀ ਕਰ ਰਹੇ ਆ ਤਾਂ ਹੁਣ ਅਸੀਂ ਉਹਨਾਂ ਨੂੰ ਹੁਣ ਮੈਂ ਸਾਨੂੰ ਥੋੜੀ ਦਿੱਕਤ ਪੈ ਰਹੀ ਜੀ ਉਹਨਾਂ ਦੇ ਮੈਡ ਦੀ ਤਕਨੀਕ ਕਰਕੇ ਬੱਚਿਆਂ ਨੂੰ ਥੋੜੀ ਪ੍ਰੋਬਲ ਦੇ ਵਿੱਚ ਇਹ ਮੈਡ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਖਾੜੇ ਨੇ ਠੀਕ ਹੈ ਜਿਵੇਂ ਆਲਮਗੀਰਾ ਖੰਨਾਵਾ ਪੰਜਾਬ ਦੇ ਜਿੰਨੇ ਵੱਖ-ਵੱਖ ਖਾੜੇ ਨੇ ਉਹਨਾਂ ਨਾਲ ਵਧੀਆ ਲੜਦੇ ਆ ਇਹ ਮੈਡਲ ਲੈ ਬੱਚੇ ਲੈ ਕੇ ਆਉਂਦੇ ਆ ਤੇ ਅਸੀਂ ਹੁਣ ਇਹੀ ਕਹਿਣਾ ਜੰਨੇ ਵੀ ਸਾਨੂੰ ਮਤਬ ਵੀ ਸਾਨੂੰ ਕਿ ਮੈਡਲ ਦੀ ਤੇ ਮੈਡਲ ਲੈ ਕੇ ਦਿੱਤਾ ਜਾਵੇ ਤੇ ਡਾਈਟ ਵਗੈਰਾ ਬੱਚਿਆਂ ਨੂੰ ਖਾਣ ਦੀ ਥੋੜੀ ਬਹੁਤ ਕਮੀ ਆ ਕੇ ਬੱਚੇ ਸਾਡੇ ਕੋਲੇ ਜਿਹੜੇ ਹੈਗੇ ਆ ਗਰੀਬ ਪਰਿਵਾਰ ਦੇ ਨੇ ਵਿੱਚੇ ਹਨ ਇਹ ਬਚਾਰੇ ਮਿਹਨਤ ਬਤੇਰੀ ਕਰਦੇ ਆ ਪਰ ਇਹਨਾਂ ਨੂੰ ਪੂਰੀ ਡਾਈਟ ਨਾ ਮਿਲਣ ਕਰਕੇ ਥੋੜੀ ਇਹ ਕਮਜ਼ੋਰੀ ਆਣ ਕੇ ਬੱਚਿਆਂ ਨੂੰ ਆਂਦੀ ਹੈ ਇਹਨਾਂ ਨੂੰ ਹਾਂਜੀ ਇੱਕ ਕੋਚ ਸਾਹਿਬ ਇਹ ਵੀ ਗੱਲ ਦੱਸੋ ਜਿਹੜੇ ਬੱਚੇ ਨੇ ਤੁਸੀਂ ਸਕੂਲਾਂ ਦੇ ਵਿੱਚ ਵੀ ਜਾਣਦੇ ਹੋ ਸਕੂਲਾਂ ਦੇ ਵਿੱਚ ਵੀ ਕੋਚਿੰਗ ਕਰਵਾਉਂਦੇ ਹੋ ਉਹ ਕਿਹੜੇ-ਕਿਹੜੇ ਸਕੂਲ ਦੇ ਵਿੱਚ ਤੁਸੀਂ ਜਾਣਦੇ ਹੋ ਮੈਂ ਜੀ ਅਜੀਸਰ ਸਕੂਲ ਖਾਲਸਾ ਜੰਗਪੁਰ ਜਾਨਣਾ ਜੀ ਤੇ ਰੜਕਾ ਸਕੂਲ ਆ ਮੇਰੇ ਕੋਲੇ ਜੀ ਤੇ ਇੱਕ ਮਰ ਕੋ ਟੱਟ ਸਕੂਲ ਆਈ ਮੋਹੀ ਸਕੂਲ ਆ ਮੇਰੇ ਕੋਲੇ ਜੀ ਜੀ ਤੇ ਇੱਕ ਰਕਵਾ ਕਿ ਮੇਰੇ ਕੋਲ ਚਾਰ ਪੰਜ ਕੋਲ ਜਿਹੜੇ ਮੈਂ ਬੱਚੇ ਜਿਵੇਂ ਅੰਡਰ 14 ਵਾਲੇ ਬੱਚੇ ਤਿਆਰ ਕਰਦਾ ਮਾਂ ਕੁੜੀਆਂ ਮੁੰਡੇ ਅੰਡਰ 17 ਵਾਲੇ ਅੰਡਰ 90 ਵਾਲੇ ਬੱਚੇ ਇਹਨਾਂ ਨੂੰ ਕੁੜੀਆਂ ਮੁੰਡਿਆਂ ਨੂੰ ਮੈਂ ਤਿਆਰ ਕਰਦਾ ਬੱਚਾ ਇਹਦੇ ਵਿੱਚ ਦੇਖਿਆ ਗਿਆ ਵੀ ਕਿੰਨੀ ਤੋਂ ਕਿੰਨੀ ਉਮਰ ਦੇ ਤੁਹਾਡੇ ਕੋਲੇ ਬੱਚੇ ਨੇ ਜਿਹੜੇ ਛੋਟੇ-ਛੋਟੇ ਕਿੰਨੀ ਗਿਣਤੀ ਦੇ ਵਿੱਚ ਬੱਚੇ ਆਉਂਦੇ ਨੇ ਮੇਰੇ ਕੋਲੇ ਜੀ ਜਿਵੇਂ 10 ਸਾਲ ਤੋਂ ਲੈ ਕੇ 18 19 ਸਾਲ ਤੱਕ ਦੇ ਬੱਚੇ ਮੇਰੇ ਕੋਲ ਕੁੜੀਆਂ ਮੁੰਡੇ ਮਿਲਿਤ ਕਰਦੇ ਨੇ ਜੋਰ ਕਰਦੇ ਨੇ ਕਿੰਨੇ ਬੱਚੇ ਨੇ ਜੀ ਕੁੱਲ ਮੇਰੇ ਕੋਲੇ ਕੁਟਕੜ 25 30 ਬੱਚੇ ਨੇ ਜੀ ਮੇਰੇ ਕੋਲੇ ਜੀ 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 ਹਾਂਜੀ ਇੱਥੇ ਕੁਸ਼ਤੀ ਮੁਕਾਬਲਿਆਂ ਦੇ ਵਿੱਚ ਸਿੱਖਦੇ ਵੀ ਨੇ ਇੱਕ ਦੂਜੇ ਦੇ ਨਾਲ ਕੁਸ਼ਤੀ ਕਰਕੇ ਪੰਜਾਬ ਲੈਵਲ ਦੇ ਤੱਕ ਇਹ ਬੱਚੇ ਖੇਡਣ ਵੀ ਜਾ ਚੁੱਕੇ ਨੇ ਇੱਥੋਂ ਕਈ ਲੜਕੀਆਂ ਵੀ ਕੋਚ ਸਾਹਿਬ ਇਥੋਂ ਤੁਹਾਡੇ ਨਾਲ ਇਥੋਂ ਜਿਹੜੇ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦਿੱਤੀ ਆ ਉਹ ਪੰਜਾਬ ਲੈਵਲ ਤੱਕ ਖੇਡੇ ਨੇ ਹਾਂਜੀ ਮੇਰੇ ਕੋਲੇ ਬੱਚੇ ਆ ਕੁੜੀਆਂ ਮੇਰੇ ਕੋਲੇ ਤਿੰਨ ਕੁੜੀਆਂ ਬੱਚੇ ਖੇਡੀਆਂ ਨੇ ਮੇਰੇ ਕੋਲੇ ਰਜੀਆ ਆਪਣੇ ਬਠੰਡੇ ਵਿੱਚ ਸੈਕੰਡ 39 ਕਿਲੋ ਦੇ ਵਿੱਚ ਆਈ ਆ ਤੇ ਆਪਣੇ ਰਜੀਆਵਾ ਉਹਦਾ 골ਡ ਆਇਆ 30 ਕਿਲੋ 2018 ਦੇ ਵਿੱਚ ਆਪਣੇ ਲੁਧਿਆਣਾ ਜ਼ਿਲ੍ਹੇ ਨੂੰ ਅਸੀਂ ਮੈਡਲ ਲੈ ਕੇ ਦਿੱਤਾ ਪੰਜਾਬ 'ਚ ਪਹਿਲੇ ਨੰਬਰ ਤੇ ਨੈਸ਼ਨਲ ਲੜਕੀ ਆ ਤੇ ਖੇਲੋ ਇੰਡੀਆ 'ਚ ਉਹਦਾ ਆਪਣੇ ਰੋਪੜ ਹੋਈ ਸੀਗੀ ਉਹ ਚ ਜਣ ਕੇ ਉਹਦਾ ਖੇਲੋ ਇੰਡੀਆ ਦੇ ਤੀਜਾ ਮੈਡਲ ਆ ਰੋਪੜ 'ਚ ਤੇ ਜਤੋ ਮੰਡੀ ਹੋਈ ਸੀਗੀ ਉਹਦੇ ਵਿੱਚ ਉਹਦਾ ਤੀਜਾ ਮੈਡਲ ਆਈ ਕੁੜੀ ਦਾ ਹਾਂਜੀ ਇਹਦੇ ਵਿੱਚ ਤੁਸੀਂ ਜਿਹੜੀ ਗੱਲਾਂ ਬਾਤਾਂ ਸਾਡੇ ਨਾਲ ਵਧੀਆ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਕਰ ਰਹੇ ਹੋ ਬੱਚਿਆਂ ਨੂੰ ਸਿਖਾ ਰਹੇ ਹੋ ਤੇ ਵਧੀਆ ਜਿਹੜਾ ਭੂਇਕ ਸਾਡੇ ਦੇਸ਼ ਦਾ ਬੱਚਿਆਂ ਦਾ ਨਸ਼ਿਆਂ ਤੋਂ ਵੀ ਬੜਾ ਇਹਦੇ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਿ ਨਸ਼ਿਆਂ ਤੋਂ ਦੂਰ ਰਹਿਣ ਇਹ ਖੇਡਾਂ ਦੇ ਵਿੱਚ ਬੱਚਿਆਂ ਦਾ ਧਿਆਨ ਦਿੱਤਾ ਜਾਂਦਾ ਵਾ ਤੇ ਨਾਲ ਦੀ ਨਾਲ ਇੱਕ ਇਹ ਵੀ ਗੱਲ ਦੱਸੋ ਕਿ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਅਸੀਂ ਦੇਖਿਆ ਗਿਆ ਕਿ ਇੱਥੇ ਜਿਹੜੀ ਜਗ੍ਹਾ ਵਾ ਜਗ੍ਹਾ ਦੀ ਮੇਨ ਪ੍ਰੋਬਲਮ ਆ ਬੱਚੇ ਤਾਂ ਕਾਫੀ ਆ ਜਾਂਦੇ ਨੇ ਪਰ ਬੱਚਿਆਂ ਦੇ ਕਰਕੇ ਜਿਹੜੀ ਇੱਥੇ ਜਗ੍ਹਾ ਵਾ ਜਗਾ ਦਾ ਤੁਸੀਂ ਸਰਕਾਰ ਤੋਂ ਮੰਗ ਰੱਖਦੇ ਹੋ ਕਿ ਜਗ੍ਹਾ ਤੁਹਾਨੂੰ ਜਾਂ ਵਧੀਆ ਮੈਟ ਤੇ ਜੀ ਹਾਂਜੀ ਸਾਨੂੰ ਵੀ ਪਹਿਲੇ ਤੌਰ ਤੇ ਸਾਨੂੰ ਜੰਗਾ ਘਟੋਕੜ ਵੀ ਆ ਜਣ ਕੇ 8 ਜਾਂ 10 ਬਸ ਵੀ ਸਾਨੂੰ ਜੰਗਾ ਲੈ ਕੇ ਦਿੱਤੀ ਜਾਵੇ ਠੀਕ ਹੈ ਤੇ ਉਹਦੇ ਵਿੱਚ ਅਸੀਂ ਆਪਦਾ ਹਾਲ ਬਣਾ ਸੀ ਕਿ ਬੱਚੇ ਜਣ ਕੇ ਐ ਜਿਹੜੀ ਹੋਣ ਜਿਹੜੀ ਕੁਸ਼ਤੀ ਚੱਲ ਰਹੀ ਜੀ ਉਹ ਕੁਸ਼ਤੀ ਮੈਟ ਤੇ ਜਣ ਕੇ ਬਹੁਤ ਜ਼ਿਆਦਾ ਚੱਲ ਰਹੀ ਆ ਕਿਉਂਕਿ ਬੱਚੇ ਨੇ ਜੇ ਅੱਗੇ ਵਧਣਾ ਸਕੂਲਾਂ 'ਚ ਲੜਨਾ ਉਹਦੀ ਸਾਨੂੰ ਮੈਟ ਦੀ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਜੀ ਸਰਕਾਰ ਤੋਂ ਅਸੀਂ ਮੰਗ ਕਰਨਾ ਚਾਹੁੰਦੇ ਆ ਵੀ ਸਾਨੂੰ ਘਟੋਕੜ 8-10 ਬਸ ਵੀ ਜੰਗਾ ਅਖਾੜੇ ਵਾਸਤੇ ਲੈ ਕੇ ਦਿੱਤੀ ਜਾਵੇ ਤੇ ਸਾਨੂੰ ਮੈਟ ਲੈ ਕੇ ਦਿੱਤਾ ਜਾਵੇ ਤਾਂ ਕਿ ਅਸੀਂ ਬਹੁਤ ਬਹੁਤ ਬੱਚੇ ਤਿਆਰ ਕਰ ਸਕੀਏ ਤੇ ਜਵਾਨਾਂ ਨੂੰ ਬਹੁਤ ਬਹੁ ਇੰਟਰਨੈਸ਼ਨਲ ਤੱਕ ਪਹੁੰਚਾਣਾ ਅਸੀਂ ਤਿਆਰ ਕਰ ਸਕੀਏ ਜਵਾਕਾਂ ਨੂੰ ਜੀ ਜੀ ਬਹੁਤ ਵਧੀਆ ਤੁਹਾਡਾ ਅਪਰਾਲਾ ਜੀ ਬਹੁਤ ਵਧੀਆ ਇਸ ਅਪਰਾਲੇ ਦੇ ਲਈ ਤੁਸੀਂ ਕਰ ਰਹੇ ਹੋ ਇਸ ਦੇ ਵਿੱਚ ਇਹ ਵੀ ਆ ਕਿ ਤੁਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈ ਰਹੇ ਬਿਲਕੁਲ ਫ੍ਰੀ ਆਫ ਕੋਸਟ ਇਹ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱਤੇ ਹਾਂ ਜੀ ਮੈਂ ਖੁਦ ਦੇਖੋ ਜੀ ਮੈਂ ਪਹਿਲਾਂ ਪਹਿਲਵਾਨੀ ਕਰਦੇ ਰਹੇ ਹਾਂ ਤੇ ਮੈਂ ਵੀ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਕਿ ਇਹਨਾਂ ਬੱਚਿਆਂ ਕੋਲੇ ਤੁਸੀਂ ਸੋਚ ਲੋ ਡੇਢ ਖਾਣ ਨੂੰ ਬੈਸ ਨਹੀਂ ਉਹਨਾਂ ਤੋਂ ਹੁਣ ਕੀ ਪੈਸੇ ਲੈਣਾ ਮੈਂ ਖੁਦ ਆਪਣਾ ਟਾਈਮ ਕੱਢ ਕੇ ਘੰਟਾ ਡੇਢ ਘੰਟਾ ਕੰਮ ਕਰਕੇ ਇਹਨਾਂ ਬੱਚਿਆਂ ਨੂੰ ਕੁਸ਼ਤੀ ਸਿਖਾਉਣਾ ਵਾ ਦੋਨੇ ਟਾਈ ਇਸ ਸ਼ਾਮ ਨੂੰ ਵੀ ਸੱਤ ਆਪਣੇ 5 ਤੋਂ 7 ਅਸੀਂ ਮਿਹਨਤ ਲਵਾਉਣਾ ਬਿਲਕੁਲ ਫ੍ਰੀ ਮਿਹਨਤ ਲਵਾਉਣਾ ਬੱਚਿਆਂ ਨੂੰ ਮੇਰੀ ਰਣਕ ਇਹੀ ਆ ਵੱਧ ਵੱਧ ਵੀ ਜਿੰਨੇ ਵੱਧ ਵੱਧ ਬੱਚੇ ਕੁੜੀਆਂ ਮੁੰਡੇ ਮੈਂ ਤਿਆਰ ਕਰ ਸਕਾਂ ਤੇ ਆਪਣੇ ਪੰਜਾਬ ਨੂੰ ਮੈਡਲ ਮਿਲ ਸਕੇ ਇਹਦੇ ਵਿੱਚ ਤੁਸੀਂ ਜਿਹੜੇ ਲੋਕ ਵੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੇਖ ਰਹੇ ਹੋ ਲੋਕਾਂ ਨੂੰ ਵੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਵੀ ਕੋਈ ਵੀ ਸਾਡਾ ਸੱਜਣ ਆ ਜਿਹੜਾ ਦਾਨੀ ਸੱਜਣ ਆ ਉਹ ਬੱਚਿਆਂ ਦੇ ਲਈ ਖਾਣੇ ਦਾ ਪ੍ਰਬੰਧ ਕਰਕੇ ਦੇ ਸਕੇ ਤਾਂ ਜੋ ਬੱਚਿਆਂ ਨੂੰ ਜਿਹੜਾ ਆਪਾਂ ਫ੍ਰੀ ਬਿਲਕੁਲ ਖਲਾਇਆ ਜਾ ਰਿਹਾ ਤਾਂ ਜੋ ਵਧੀਆ ਆਪਣੇ ਗਰੀਬ ਘਰਾਂ ਦੇ ਬੱਚੇ ਹੋਰ ਇੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਦੇ ਵਿੱਚ ਆਪਣਾ ਕਸ਼ਤੀ ਮੁਕਾਬਲਿਆਂ ਦੇ ਵਿੱਚ ਵਧੀਆ ਪੰਜਾਬ ਲੈਵਲ ਤੇ ਖੇਡਿਆ ਜਾ ਸਕੇ ਬੱਚਿਆਂ ਨੂੰ ਕਸ਼ਤੀਆਂ ਕਲਾਈਆਂ ਜਾ ਸਕਣਾਂ ਹਾਂਜੀ ਇਹ ਤਾਂ ਹੀ ਡਾਈਟ ਤਾਂ ਇਹਨਾਂ ਕੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਅੱਜ ਦਾ ਜਿਹੜਾ ਸਮਾਵਾ ਜਿਹੜੇ ਆਪਣੇ ਲੜਕੇ ਤੁਹਾਨੂੰ ਪਤਾ ਹੀ ਆ ਕੋਈ ਵੀ ਚੀਜ਼ ਆਪਾਂ ਲੈ ਰਿਆ ਹੈ ਰੇਹੇ ਚੀਜ਼ ਦੇ ਮਿਲਾਵਟ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਘੱਟੋ ਘੱਟ ਵੀ ਜੇ ਬੱਚਾ ਮੱਲਾ 30% ਮਿਹਨਤ ਕਰਦਾ ਤਾਂ 60% 60% ਖਰਾੜ ਹੋਣੀ ਜ਼ਰੂਰੀ ਆ ਜੇ ਬੱਚਨੇ ਤਗੜਾ ਹੋਣਾ ਵਾ ਕਿਉਂ ਬੱਚਾ ਮਿਹਨਤ ਕਰਦਾ ਜਿਵੇਂ ਤੇ ਜੋਰ ਕਰਦਾ ਵਾ ਜਿਹੜੇ ਮਸਲਾ ਉਹਨਾਂ ਨੂੰ ਮਸਲਾ ਨੂੰ ਰਿਕਵਰੀ ਕਰਨ ਵਾਸਤੇ ਡਾਈਟ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਹੁਣ ਮੈਂ ਇੱਥੇ ਦੇਖਦਾ ਜੀ ਸਾਡੇ ਪੰਚਾਇਤ ਮੈਂਬਰ ਵੀ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਪ ਕਿ ਜਿਹੜੇ ਇੱਥੇ ਬੱਚੇ ਖੇਡਣ ਆਉਂਦੇ ਨੇ ਜੀ ਬੱਚਿਆਂ ਨੂੰ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਆ ਇਹ ਬਿਲਕੁਲ ਫ੍ਰੀ ਆਫ ਕੋਸਟ ਕੀਤਾ ਜਾਂਦਾ ਤੁਸੀਂ ਵੀ ਸਰਕਾਰ ਨੂੰ ਇਸ ਚੀਜ਼ ਦੀ ਅਪੀਲ ਕਰਦੇ ਹੋ ਵੀ ਇਹਨਾਂ ਨੂੰ ਮੈਟ ਲੈ ਕੇ ਦਿੱਤੇ ਜਾਣ ਅਤੇ ਵਧੀਆ ਤਰੀਕੇ ਦੇ ਇਹਨਾਂ ਨੂੰ ਖਾੜਾ ਬਣਾ ਕੇ ਤਿਆਰ ਕਰਕੇ ਦਿੱਤਾ ਜਾਵੇ ਤਾਂ ਜੋ ਇੱਥੋਂ ਇੰਡੀਆ ਲੈਵਲ ਤੇ ਵਧੀਆ ਲੈਵਲ ਤੇ ਪੰਜਾਬ ਲੈਵਲ ਤੇ ਬੱਚੇ ਖੇਡ ਕੇ ਤਿਆਰ ਕੀਤੇ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਕਾਂਗਰਸ ਸਪੋਰਟਸਲ ਦਾ ਚੇਅਰਮੈਨ ਆ ਜੀ ਏ ਸਾਡੇ ਕਾਂਗਰਸ ਮੈਲਾ ਕਾਂਗਰਸ ਤੋਂ ਵੀ ਮੇਰੀਆਂ ਭੈਣਾਂ ਖੜੀਆਂ ਨੇ ਮੇਰੇ ਨਾਲ ਮੇਰਾ ਭਰਾ ਯੂਥ ਕਾਂਗਰਸ ਦਾ ਪ੍ਰਧਾਨ ਦਾਖੇ ਹਲਕੇ ਦਾ ਖੜਾ ਹੈ ਤੇ ਸਾਡੇ ਨਾਲ ਮੈਂਬਰ ਪੰਚਾਇਤ ਸਾਡੇ ਜਾਂਗਪੁਰ ਦੇ ਖੜੇ ਨੇ ਇਹ ਪਲਵਾਨ ਜੀ ਹੁਣਾਂ ਨੂੰ ਅਸੀਂ ਆਪਦੇ ਸਪੋਰਟ ਸੈੱਲ ਦੇ ਵਿੱਚ ਐਜ਼ ਅ ਕੋਚ ਲੈ ਲਿਆ ਹੈ ਤੇ ਜੋ ਵੀ ਕਾਂਗਰਸ ਕਾਰਵਲੀਓ ਬਣੂਗਾ ਇਸ ਅਖਾੜੇ ਨੂੰ ਅਸੀਂ ਅਡਾਪਟ ਕਰ ਰਹੇ ਹਾਂ ਤੇ ਪੂਰੇ ਹਲਕੇ ਲਈ ਇਕੱਲਾ ਇਸ ਅਖਾੜੇ ਨੂੰ ਨਹੀਂ ਪੂਰੇ ਦਾਖੇ ਹਲਕੇ ਦੇ ਜਿੰਨੇ ਵੀ ਪਲਵਾਨੀ ਅਖਾੜੇ ਆ ਜਾਂ ਕਬੱਡੀ ਖੇਡਣ ਵਾਲੇ ਨੇ ਕਿਉਂਕਿ ਅਸੀਂ ਸਾਡਾ ਨਵਾਂ ਨਵਾਂ ਜਿਹਾ ਜੋਇਨਿੰਗ ਹੋਈ ਆ ਤੇ ਅਸੀਂ ਇਸ ਦੀ ਟੀਮ ਬਣਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਵੀ ਇਹਨਾਂ ਨੂੰ ਚਾਹੀਦੀ ਹੈ ਅਸੀਂ ਤਨੋਂ ਮਨੋਂ ਤੁਹਾਨੂੰ ਸਾਰੀ ਇਹਨਾਂ ਦੀ ਸੇਵਾ ਕਰਾਂਗੇ ਤੇ ਅਸੀਂ ਵੀ ਚਾਹੁੰਦੇ ਆ ਵੀ ਦਾਖੇ ਹਲਕੇ ਦਾ ਨਾਂ ਕਿਉਂਕਿ ਦੇਖੋ ਸਾਨੂੰ ਇਸ ਟਾਈਮ ਬਹੁਤ ਵਧੀਆ ਲੀਡਰ ਮਿਲਿਆ ਕੈਪਟਨ ਸੰਦੀਪ ਸੰਧੂ ਜੀ ਜੋ ਪੂਰਾ ਪੁੱਜ ਕੇ ਜੋਰ ਲਾ ਰਹੇ ਨੇ ਵੀ ਹਰ ਪੱਖੋਂ ਦੇਖੋ ਹੁਣ ਪਹਿਲਾਂ ਇਹ ਹਲਕਾ ਸਾਡਾ ਜਿਹੜਾ ਨਸ਼ਾ ਨਾ ਮਾਰਿਆ ਪਿਆ ਸੀ ਤੇ ਦੇਖੋ ਖੰਡੂਰਪਿੰਡ ਦੀ ਤੁਸੀਂ ਖਬਰ ਸੁਣੀ ਆ ਉਹਨਾਂ ਨੇ ਆਪ ਹੀ ਹੀਰੋਨ ਫੜਾਈ ਆ 4 ਕਿਲੋ ਉਹ ਤਾਂ ਆਪ ਚਾਹੁੰਦੇ ਵੀ ਇਦਾਖੇ ਹਲਕੇ ਦੇ ਵਿੱਚੋਂ ਕੋਈ ਨਾ ਕੋਈ ਅੰਤਰਰਾਸ਼ਟਰੀ ਪੱਧਰ ਦਾ ਪਲੇਅਰ ਨਿਕਲੇ ਤੇ ਇਹ ਚੀਜ਼ਾਂ ਨੂੰ ਤਾਂ ਅਸੀਂ ਆਪ ਅਡਾਪਟ ਕਰ ਰਹੇ ਹਾਂ ਜੀ ਇਸੇ ਕਰਕੇ ਕੋਚ ਸਾਹਿਬ ਨੂੰ ਅਸੀਂ ਸਪੋਰਟਸ ਐਂਡ ਕਲਚਰ ਸੈੱਲ ਦੇ ਵਿੱਚ ਨਿਯੁਕਤੀ ਦਿੱਤੀ ਹੈ ਇਹਨਾਂ ਨੂੰ ਇਹਨਾਂ ਨੂੰ ਆਪਦੇ ਨਾਲ ਜੋੜਿਆ ਤੇ ਇਹ ਬੱਚੇ ਤਾਂ ਸਾਡੇ ਨੇ ਜੀ ਅਸੀਂ ਅੱਗੇ ਵੀ ਇਹਨਾਂ ਦਾ ਹੁਣ ਸਾਰਾ ਧਿਆਨ ਰੱਖਾਂਗੇ ਤੇ ਇਸ ਤੇ ਗੱਦੇ ਕੀ ਸਾਰੇ ਪ੍ਰਬੰਧ ਕਰਾਂਗੇ ਜੀ 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 ਚਲੋ ਬਹੁਤ ਵਧੀਆ ਤਰੀਕੇ ਦੇ ਨਾਲ ਆ ਇੱਥੇ ਅੱਜ ਸਾਡੇ ਮਹਿਲਾ ਕਾਂਗਰਸ ਦੀਆਂ ਸਾਡੀਆਂ ਕੁਝ ਪੈਣਾ ਮੀ ਘਰਾਂ ਦੇ ਵਿੱਚੋਂ ਨਿਕਲ ਕੇ ਆਈਆਂ ਨੇ ਲੋਕ ਵੀ ਵੈਸੇ ਥੋੜੀ ਕਣੀ ਮ ਕੋਚ ਅ ਵੱਧ ਵੱਧ ਅੱਧ ਪਿੰਡਾਂ ਦੇ ਵਿੱਚੋਂ ਕੁਝ ਲੋਕ ਆਉਂਦੇ ਨੇ ਉਹ ਵੀ ਇਹਨਾਂ ਨੂੰ ਕੁਝ ਨਾ ਕੁਝ ਜੋ ਬਣਦੀ ਸਹਾਤਾਵਾ ਦਿੰਦੇ ਨੇ ਇੱਥੇ ਇੱਕ ਸਾਡੇ ਹੋਰ ਵੀ ਕੋਚ ਸਾਹਿਬ ਖੜੇ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਹੈ ਤੁਹਾਡਾ ਲਖਵੀਰ ਸਿੰਘ ਜੀ ਤੁਸੀਂ ਵੀ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਹੋ ਜੀ ਨਾਲ ਹਾਂਜੀ ਪ੍ਰੈਕਟਿਸ ਕਰਾਉਂਦੇ ਹਾਂ ਜੀ ਇਹ ਕਿੰਨੇ ਟਾਈਮ ਤੋਂ ਲਗਾਤਾਰ ਇੱਥੇ ਤੁਸੀਂ ਆ ਰਹੇ ਹੋ ਜੀ ਇੱਥੇ ਲਗਾਤਾਰ ਅਸੀਂ 4 ਸਾਲ ਤੋਂ ਆ ਰਹੇ ਹਾਂ ਜੀ ਇਹਦੇ ਵਿੱਚ ਕਿਸੇ ਕਿਸਮ ਦਾ ਵੀ ਕਿਸੇ ਬੱਚੇ ਤੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਨਾ ਨਾ ਕੋਈ ਪੈਸਾ ਨਹੀਂ ਲਿਆ ਰਿਹਾ ਬਿਲਕੁਲ ਫ੍ਰੀ ਆ ਜੀ ਹਾਂਜੀ ਬਿਲਕੁਲ ਫ੍ਰੀ ਹੈ ਅੱਛਾ ਜੀ ਤੇ ਹੋਰ ਵੀ ਜੇ ਕੋਈ ਬੱਚਾ ਆਉਣਾ ਚਾਹਵੇ ਸਾਡੇ ਚੈਨਲ ਦੇ ਰਾਹੀਂ ਦੇਖ ਰਹੇ ਆ ਜਿਹੜੇ ਵੀ ਸਾਡੇ ਲੋਕ ਵੀਰ ਦੇਖ ਰਹੇ ਨੇ ਉਹ ਇੱਥੇ ਆਵਰੇ ਬੱਚੇ ਨੂੰ ਖਾੜੇ ਦੇ ਵਿੱਚ ਨੇੜੇ ਮੁੱਲਾਪੁਰ ਵਿਖੇ ਭੇਜ ਸਕਦੇ ਆ ਜਿੱਥੇ ਫ੍ਰੀ ਦੇ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ ਤੇ ਇਥੋਂ ਵਧੀਆ ਲੈਵਲ ਦੇ ਖਿਡਾਰੀ ਵੀ ਪੈਦਾ ਕੀਤੇ ਜਾਂਦੇ ਹਾਂਜੀ ਇੱਥੇ ਜੋ ਵੀ ਜੋ ਵੀ ਬੱਚਾ ਕਰਨਾ ਚਾਹ ਰਿਹਾ ਕੋਈ ਵੀ ਆ ਸਕਦਾ ਕੋਈ ਵੀ ਕਰ ਸਕਦਾ ਜੀ ਇੱਥੇ ਜੀ 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 ਇੱਥੇ ਅਸੀਂ ਵੀ ਹੁਣ ਗੱਲਬਾਤ ਕਰਦੇ ਆ ਇੱਥੇ ਜੋ ਵੀ ਹੋਰ ਸਾਡੇ ਪਿੰਡ ਦੇ ਵਿੱਚੋਂ ਕੁਝ ਨੌਜਵਾਨਾਂ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲ ਵੀ ਗੱਲਬਾਤ ਕਰਦੇ ਆ ਵੀ ਇਹਨੂੰ ਖਾੜੇ ਨੂੰ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਇੱਥੇ ਸਾਡੇ ਪਿੰਡ ਨਗਰ ਜੰਗਪੁਰ ਵਿੱਚ ਇਸ ਖਾੜੇ ਨੂੰ ਕਵਰ ਕਰਨ ਵਾਸਤੇ ਪਹੁੰਚੇ ਹੋ ਉਸ ਗੱਲੋਂ ਸਾਡਾ ਸਾਰੇ ਨਗਰਵੰਨੋਂ ਪੰਚਾਇਤ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਛੋਟੇ-ਛੋਟੇ ਬੱਚੇ ਆ ਜਿਹੜੇ ਘੁਲਦੇ ਆ ਕੱਲੋਂ ਟੀਵੀ ਤੇ ਤੁਸੀਂ ਜਾਂ YouTube ਤੇ ਆਪਦਾ ਚੈਨਲ ਚੱਲਦਾ ਵਾ ਉਹਨੂੰ ਚਲਾਓਗੇ ਤਾਂ ਇਹਨਾਂ ਨੂੰ ਉਤਸ਼ਾਹ ਹੋਰ ਵੀ ਮਿਲੂਗਾ ਜੀ 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 ਤੇ ਬਾਕੀ ਸਾਡਾ ਇਹ ਪ੍ਰਵਾਨ ਖੜਾ ਪਾ ਜੀ ਜੀ ਇਹ ਬਹੁਤ ਮਿਹਨਤ ਕਰਦੇ ਆ ਘਟੋ ਘਟ ਮਤਲਬ 3 ਸਾਲ ਹੋ ਗਈ ਜੇ ਖਾੜੇ ਚੱਲਦੇ ਨੂੰ ਜੀ 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 ਤੇ ਇਹ ਬਿਨਾ ਕੁਝ ਪੈਸੇ ਤੋਂ ਬਿਨਾ ਕੋਈ ਲਾਲਚ ਤੋਂ ਇਹ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਹੇ ਆ ਇਹ ਇਹ ਬਹੁਤ ਵਧੀਆ ਅਪਰਲਾ ਜੀ ਅਸੀਂ ਵੀ ਇਸ ਚੀਜ਼ ਦੀ ਸਲਾੰਘਾ ਕਰਦੇ ਆ ਵੀ ਜਿਹੜਾ ਅੱਜ ਦੇ ਨੌਜਵਾਨਾਂ ਨੂੰ ਪੰਜਾਬ ਨੂੰ ਨਸ਼ਿਆਂ ਦਾ ਸਮਝਿਆ ਜਾਂਦਾ ਸੀ ਇੱਕ ਨਸ਼ਿਆਂ ਦੀ ਹਕੂਮਤ ਲੱਗੀ ਜਾਂਦੀ ਸੀ ਤੇ ਆਹ ਦੇਖ ਲਓ ਅਸੀਂ ਦਿਖਾਉਂਦੇ ਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਕੋਚ ਸਾਹਿਬ ਆਵਰੇਜ ਟਾਈਮ ਤੋਂ ਟਾਈਮ ਕੱਢ ਕੇ ਕੋਚਿੰਗ ਦਿੰਦੇ ਆ ਤੇ ਇਥੋਂ ਪੰਜਾਬ ਲੈਵਲ ਦੇ ਵਧੀਆ ਬੱਚੇ ਹੁੰਦੇ ਨੇ ਖਿਡਾਰੀ ਪੈਦਾ ਹੁੰਦੇ ਨੇ ਜੀ। ਬਈ ਸਾਡਾ ਜਿਹੜਾ ਪਿੰਡ ਆ ਨਾ ਨਗਰ ਜੰਗਪੁਰਾ ਜੀ ਜੀ ਇਹਦੀ ਤਰਸਗੀ ਰਹੀ ਆ ਪਿਛਲੇ ਮਨ ਲੋ 10 ਸਾਲਾਂ ਵਿੱਚ ਸਾਡੇ ਪਿੰਡ ਵਿੱਚ ਚਿੱਟੇ ਨਾਲ 18 ਤੋਂ 20 ਮੁੰਡੇ ਇਸ ਪਿੰਡ ਵਿੱਚ ਮੋਤਤ ਹੋਈਆਂ ਨੇ ਜੀ। ਜੀ 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 ਤੇ ਅਸੀਂ ਤਾਂ ਹੁਣ ਪਹਿਲਵਾਨ ਹੋਣੀ ਸਾਡਾ ਸਾਥ ਦੇਣ ਲੱਗ ਗਿਆ ਤੇ ਸਾਡੇ ਜਿਹੜੇ ਲੀਡਰ ਆ ਕੈਪਟਨ ਸੰਦੀਪ ਸੰਧੂ ਜੀ ਉਹ ਵੀ ਬਹੁਤ ਵੱਡਾ ਪ੍ਰਾਲਾ ਕਰ ਰਿਹਾ ਵੀ ਆਪਣਾ ਹਲਕੇ ਦੇ ਵਿੱਚੋਂ ਵੀ ਮੁੰਡੇ ਨਿਕਲਣ ਚਾਹੇ ਕੋਈ ਕਬੱਡੀ ਵਿੱਚੋਂ ਨਿਕਲੇ ਚਾਹੇ ਕੋਈ ਪਹਿਲਵਾਨੀ ਕਰਦਾ ਉਹ ਨਿਕਲੇ ਜੀ ਜੀ ਤੇ ਅਸੀਂ ਖੁਸ਼ਕਿਸਮਤ ਸਮਝਿਆ ਕਿ ਆਪਦੇ ਆਪ ਨੂੰ ਵੀ ਸਾਡੇ ਨੱਗਾ ਦੇ ਵਿੱਚੋਂ ਵੀ ਮੁੰਡੇ ਪੰਜਾਬ ਲੈਵਲ ਤੇ ਜਾਂ ਇੰਡੀਆ ਲੈਵਲ ਤੇ ਜਾ ਕੇ ਨਾਂ ਰੋਸ਼ਨ ਕਰਨ ਜੀ ਜੀ ਇਹ ਸਨ ਪਿੰਡ ਜਾਂਗਪੁਰ ਨੇੜੇ ਮੋਲਾਪੁਰ ਦਾ ਜਿਹੜਾ ਕਿ ਅੱਜ ਤੁਹਾਨੂੰ ਇੱਥੇ ਅਖਾੜੇ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਬੱਚਿਆਂ ਨੂੰ ਘੁਲਦਾ ਦਿਖਾਇਆ ਗਿਆ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਰਾਜੂ ਗਲ ਦੇ ਨਾਲ ਗੁਰੂ ਸਰ ਸਿਹਾਰ ਤੋਂ ਜੀ ਧੰਨਵਾਦ